ਮਿਸ਼ੀਗਨ ਦੇ ਇਸ ਬੰਦੇ ਨੂੰ ਇਸ ਦੀ ਘਰਵਾਲੀ ਨੇ ਜੇਲ੍ਹ ਚ ਪਹੁੰਚਾਇਆ ਪੁਲਿਸ ਰਿਪੋਰਟ ਕੀਤੀ ਵੀ ਲਾਜੋ ਭਾਈ ਇਹ ਬੰਦਾ ਸਹੀ ਨਹੀਂ ਹੈਗਾ ਸਹੀ ਕਿਉਂ ਨਹੀਂ ਹੈਗਾ ਇਹ ਬੰਦਾ ਬੱਚੀਆਂ ਦੀਆਂ ਗੰਦੀਆਂ ਵੀਡੀਓ ਬਣਾਉਂਦਾ ਸੀਗਾ ਲੋਕ ਕੇ ਕੈਮਰੇ ਲਾ ਦਿੰਦਾ ਸੀਗਾ ਔਰਤਾਂ ਦੀਆਂ ਬਣਾਉਂਦਾ ਸੀਗਾ ਤੇ ਘਰਵਾਲੀ ਨੇ ਕਿਤੇ ਇਹਦੀ ਡਿਵਾਈਸ ਚੈੱਕ ਕਰ ਲਈ ਤੇ ਨਾਲ ਦੀ ਨਾਲ ਪੁਲਿਸ ਨੂੰ ਕਾਲ ਲਾਤੀ ਘਰਵਾਲੀ ਨੇ ਬਹੁਤ ਵਧੀਆ ਸਟੈਪ ਕੀਤਾ ਜੀ ਬਿਲਕੁਲ WhatsApp ਤੇ ਉਸ ਤੋਂ ਵੀ ਇਸ ਖਬਰ ਦੇ ਵਿੱਚ ਦਰਿੰਦਗੀ ਭਰੀ ਮਾੜੀ ਖਬਰ ਤਾਂ ਹੈਗੀ ਹੈਗੀ ਆ ਉਦੋਂ ਵੀ ਮਾੜੀ ਇਹ ਹੋਰ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਇਹ ਬੰਦੇ ਦਾ ਤਾਲੁਕ ਇੰਡੀਆ ਦੇ ਨਾਲ ਜੁੜਦਾ ਹੈ ਅਮਰੀਕਾ ਦੇ ਵਿੱਚ ਇਸ ਭਾਰਤੀ ਡਾਕਟਰ ਨੂੰ ਇਹ ਡਾਕਟਰ ਵੀ ਆ WhatsApp ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਇਹਨੇ ਛੋਟੇ ਬੱਚਿਆਂ ਦੀਆਂ ਤੇ ਲੇਡੀਜ਼ ਦੀਆਂ ਕੰਪਰੋਮਾਈਜ਼ਡ ਫੋਟੋਜ਼ ਤੇ ਵੀਡੀਓਜ਼ ਬਣਾਈਆਂ ਸੀਗੀਆਂ ਇਹਦੀ ਹਾਰਡ ਡਰਾਈਵਸ ਜਿਹੜੀਆਂ ਹੁਣ ਤੱਕ ਰਿਕਵਰ ਹੋਈਆਂ ਉਹਦੇ ਵਿੱਚੋਂ 13000 ਤੋਂ ਵੱਧ ਵੀਡੀਓਜ਼ ਮਿਲ ਚੁੱਕੀਆਂ ਹਨ ਅਮਰੀਕਾ ਦੇ ਵਿੱਚ ਬਰਟਸਪ ਕਈ ਸਾਲਾਂ ਤੋਂ ਰਹਿ ਰਿਹਾ ਸੀਗਾ ਇਹਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਤੇ 40 ਸਾਲਾਂ ਇਸ ਡਾਕਟਰ ਨੂੰ ਹੁਣ ਅਰੈਸਟ ਕਰ ਲਿਆ ਗਿਆ ਇੱਕ ਰਿਪੋਰਟ ਦੇ ਮੁਤਾਬਕ ਪਤਾ ਲੱਗਿਆ ਕਿ ਇਹਦਾ ਨਾਮ ਉਮੇਰ ਇਜਾਜ਼ ਹੈਗਾ ਇਹਨੂੰ 8 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਉਸ ਰਿਪੋਰਟ ਦੇ ਵਿੱਚ ਦੱਸਿਆ ਕਿ ਇਹਨੇ ਚੇਂਜਿੰਗ ਰੂਮਸ ਟ੍ਰਾਇਲ ਰੂਮਸ ਵਾਸ਼ਰੂਮਸ ਈਵਨ ਹਸਪੀਟਲ ਦੇ ਕਮਰਿਆਂ ਤੱਕ ਵੀ ਕੈਮਰੇ ਲਾਏ ਸੀਗੇ ਇਤੋਂ ਤੱਕ ਬਰਾੜ ਸਾਹਿਬ ਇਹਨੇ ਆਪਣੇ ਘਰ ਦੇ ਵਿੱਚ ਵੀ ਕਈ ਥਾਵਾਂ ਤੇ ਹਿਡਨ ਕੈਮਰੇਜ਼ ਇੰਸਟਾਲ ਕੀਤੇ ਹੋਏ ਸੀਗੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਇਹਦੀ ਜਿਹੜੀ ਮਾਨਸਿਕਤਾ ਇੰਨੀ ਕੁ ਘਟੀਆ ਕਿ ਇਹਨੇ 2-2 ਸਾਲ ਦੇ ਛੋਟੇ ਬੱਚਿਆਂ ਦੀਆਂ ਵੀ ਵੀਡੀਓਜ਼ ਬਣਾਈਆਂ ਫੋਟੋਜ਼ ਲਈਆਂ ਇਹ ਜਿੰਨਾ ਵੀ ਡਾਟਾ ਸੀਗਾ ਸਾਰਾ ਇਤਰਾਦ ਯੋਗ ਡਾਟਾ ਸਾਰਾ ਕੰਪਰੋਮਾਈਜ਼ਡ ਮਟੀਰੀਅਲ ਇਹਦੀ ਕਿਸੇ ਡਿਵਾਈਸ ਦੇ ਵਿੱਚੋਂ ਇਹਦੀ ਵਾਈਫ ਦੇ ਹੱਥ ਲੱਗ ਗਿਆ ਉਹਨੇ ਜਦੋਂ ਵੇਖਿਆ ਉਹ 당ਗ ਰਹੇਗੀ ਕਿ ਇਸ ਬੰਦੇ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂਗੀ ਬੜਾ ਕਲੀਨ ਬੰਦਾ ਸੀ ਤੇ ਇਹ ਕੀ ਨਿਕਲ ਆਇਆ ਇਹਨੇ ਬਰਾਡਸਬ ਤੁਰੰਤ ਕਾਲ ਕਰਕੇ ਇਹਨੂੰ ਫੜਵਾ ਦਿੱਤਾ ਆਕਲੈਂਡ ਕਾਉਂਟੀ ਸ਼ੈਰਫ ਨੇ ਟਿਊਜ਼ਡੇ ਨੂੰ ਦੱਸਿਆ ਕਿ ਇਸ ਬੰਦੇ ਨੇ ਕਈ ਲੇਡੀਜ਼ ਦੇ ਨਾਲ ਗਲਤ ਕੰਮ ਕੀਤਾ ਸੀ ਜਦੋਂ ਉਹ ਬੇਹੋਸ਼ ਹਾਲਤ ਦੇ ਵਿੱਚ ਸੀਗੀਆਂ ਸ਼ੈਰਫ ਹੈਗੇ ਜੀ ਮਾਈਕ ਬੌਸ਼ਰਡ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਦੇ ਵਿੱਚ ਕਈ ਮਹੀਨੇ ਲੱਗ ਜਾਣੇ ਹਨ ਕਿਉਂਕਿ ਸਾਨੂੰ ਅਜੇ ਇਹ ਵੀ ਡਾਊਟ ਹੈ ਕਿ ਇਸ ਮਾਮਲੇ ਦੇ ਵਿੱਚ ਹਜੇ ਹੋਰ ਬਹੁਤ ਸਾਰੇ ਪੀੜਤ ਲੋਕ ਹੋਣਗੇ ਵਿਕਟਿਮਸ ਹੋਣਗੇ ਜਿਹੜੇ ਬਾਹਰ ਆਉਣਗੇ ਕਈ ਤਾਂ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਲੱਗਿਆ ਹੋਣਾ ਕਿ ਇਸ ਬੰਦੇ ਦਾ ਇਸ ਬੰਦੇ ਨੇ ਹਿਡਨ ਕੈਮਰਾਸ ਦੇ ਥਰੂ ਉਹ ਨੂੰ ਉਹਨਾਂ ਨੂੰ ਕੈਪਚਰ ਕੀਤਾ ਹੋਇਆ ਹੈ ਇਹਦੇ ਕੋਲੋਂ ਬਰਾੜ ਸਬ ਇੱਕ ਕੰਪਿਊਟਰ ਇੱਕ ਫੋਨ 15 ਐਕਸਟਰਨਲ ਡਿਵਾਈਸਸ ਸੀਜ਼ ਕਰ ਲੀਆਂ ਗਈਆਂ ਇੱਕ ਹਾਰਡ ਡਰਾਈਵ ਐਸੀ ਹੈ ਜਿਹਦੇ ਵਿੱਚੋਂ 13000 ਵੀਡੀਓ ਮਿਲੀਆਂ ਨੇ ਏ 2011 ਦੇ ਵਿੱਚ ਵਰਕ ਪਰਮਿਟ ਤੋਂ ਵਰਕ ਪਰਮਿਟ ਤੇ ਇੰਡੀਆ ਤੋਂ ਅਮਰੀਕਾ ਪਹੁੰਚਿਆ ਸੀਗਾ ਤੇ ਅਜੇ ਵੀ ਇਹ ਇੰਡੀਅਨ ਸਿਟੀਜ਼ਨ ਹੈਗਾ ਜੀ ਬਿਲਕੁਲ ਜੀ ਡਾਕਟਰੀ ਦਾ ਜਿਹੜਾ ਕੀਤਾ ਹੁੰਦਾ ਬੜਾ ਸਾਫ਼ ਸੁਸਰਾ ਹੁੰਦਾ ਤੇ ਬੜਾ ਵਿਸ਼ਵਾਸ ਕਰਨ ਵਾਲਾ ਹੁੰਦਾ ਇਹਨ ਕਿਤੇ ਨਾ ਕਿਤੇ ਦਾਗ ਵੀ ਲਾ ਦਿੰਦਾ ਇਸ ਕਿਤੇ ਤੇ ਇਸ ਬੰਦੇ ਨੂੰ ਜਦੋਂ ਇਹ ਹਰਕਤਾਂ ਕਰਦਾ ਸੀ ਹੋ ਸਕਦਾ ਭਾਈ ਉਹਨਾਂ ਤੋਂ ਪੈਸੇ ਪੂਸੇ ਵੀ ਮੰਗਦਾ ਹੋਵੇ ਬਾਅਦ ਚ ਵੀ ਆਹ ਦੇਖ ਲਓ ਜੀ ਵੀਡੀਓ ਕਈ ਤਾਂ ਬੋਲਦੇ ਨਹੀਂ ਹੋਣਗੇ ਇਹੋ ਜਿਹਾ ਕੇਸ ਤੁਹਾਨੂੰ ਕੀ ਲੱਗਦਾ ਹੋ ਸਕਦਾ ਜੀ ਬ੍ਰੈਡਸ ਆ ਪੋਸੀਬਲ ਹੈਗਾ ਕਈ ਵਾਰੀ ਕੀ ਹੁੰਦਾ ਕਿ ਬੰਦਾ ਬਲੈਕਮਿਲ ਕਰਦਾ ਕਈ ਵਾਰੀ ਕੀ ਹੁੰਦਾ ਕਿ ਉਹਨੇ ਕਿਸੇ ਨਾ ਕਿਸੇ ਵੈਬਸਾਈਟ ਦੇ ਉੱਤੇ ਕਿਸੇ ਨਾ ਕਿਸੇ ਪਲੈਟਫਾਰਮ ਦੇ ਉੱਤੇ ਇਹ ਸਾਰਾ ਡਾਟਾ ਪੋਸਟ ਕਰਨਾ ਹੁੰਦਾ ਉੱਥੋਂ ਉਹਨੂੰ ਮੋਨਟਾਈਜੇਸ਼ਨ ਦੇ ਥਰੂ ਪੈਸੇ ਮਿਲਦੇ ਆ ਮਨੀ ਜਨਰੇਟ ਕਰਦਾ ਕਈ ਵਾਰੀ ਕੋਈ ਬੰਦੇ ਸਾਈਕੋ ਹੁੰਦੇ ਆ ਸੰਖੀ ਹੁੰਦੇ ਆ ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਮੈਂ ਕਿਸੇ ਨੂੰ ਕੈਪਚਰ ਕਰਕੇ ਆਪਣੇ ਲਈ ਰੱਖਾਂ ਬਾਅਦ ਵਿੱਚ ਉਹਨੂੰ ਦੇਖਦੇ ਰਹਿੰਦੇ ਆ ਉਹ ਤੁਸੀਂ ਕਹ ਲੋ ਕਿ ਸਾਈਕੋ ਪੇਸ਼ੀਐਂਟ ਆ ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਇਹ ਕਿਹੜਾ ਕੇਸ ਆ ਇਹ ਆਉਣ ਵਾਲੇ ਦਿਨਾਂ 'ਚ ਉਥੋਂ ਦੀ ਪੁਲਿਸ ਇਹ ਤੋਂ ਮਨਵਾ ਕੇ ਸਾਫ਼ ਕਰ ਦੇਊਗੀ ਜੀ ਡਾਕਟਰ ਸਾਹਿਬ ਸੀਗੇ ਜੀ ਤੇ ਡਾਕਟਰ ਸਾਹਿਬ ਨਾਲ ਹੀ ਰਹਿੰਦੇ ਹੋਣੇ ਤੇ ਕੋਈ ਡਾਕਟਰ ਸਾਹਿਬ ਤੋਂ ਹੀ ਸਲਾਹ ਲੈ ਲੈਂਦੇ ਆ ਉਹਦੇ ਦਿਮਾਗ ਦੀ ਤਾਂ ਸਹੀ ਨਹੀਂ ਸੀਗਾ ਤੇ ਖੁਦ ਚਲੋ ਡਾਕਟਰ ਕਿਸੇ ਹੋਰ ਚੀਜ਼ ਦੇ ਹੋਣੇ ਆ ਇਹ ਪੜਪੜ ਕੇ ਜ਼ਿਆਦਾ ਤਾਂ ਨਹੀਂ ਇਹਨਾਂ ਦਾ ਦਿਮਾਗ ਕਿਤੇ ਹੋਰ ਪਾਸੇ ਫਿਰ ਗਿਆ ਸੀਗਾ ਨਹੀਂ ਬਲੱਡ ਸਾਹਿਬ ਦੇਖੋ ਦਿਮਾਗ ਤਾਂ ਮੈਨੂੰ ਨਹੀਂ ਲੱਗਦਾ ਕਿ ਬੰਦੇ ਕੋਲੇ ਹੋਵੇ ਨਹੀਂ ਤਾਂ ਐਡੀ ਘਟੀਆ ਹਰਕਤ ਨਹੀਂ ਕਰਦਾ ਖੈਰ ਇਹਦੇ ਵਿੱਚ ਉਮੀਦ ਤਾਂ ਹੈਗੀ ਹੈ ਜਿੰਨੇ ਲੰਮੇ ਚੌੜੇ ਲੋਕਾਂ ਨੇ ਡਾਟਾ ਬਣਾਇਆ ਹੋਇਆ 13000 ਵੀਡੀਓ ਤੇ ਦੀ ਇੱਕ ਐਕਸਟਰਨਲ ਅਡਵਾਈਸ ਤੋਂ ਮਿਲਿਆ ਨੇ ਟੋਟਲ ਵੀਡੀਓਜ਼ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਣੀ ਹੈ ਜੇ ਜੱਜ ਕੋਈ ਠੀਕ ਹੋਇਆ ਥੋੜਾ ਗੁੱਸੇ ਵਾਲਾ ਹੋਇਆ ਤਾਂ ਇਹਨੂੰ ਕੋਈ ਮਾਈਲਸਟੋਨ ਸਜ਼ਾ ਵੀ ਬਰਾਟ ਸਾਬ ਹੋ ਸਕਦੀ ਹੈ ਕਿਉਂਕਿ ਇਹ ਬਹੁਤ ਵੱਡਾ ਤੇ ਬਹੁਤ ਹਿਊਜ ਕ੍ਰਾਈਮ ਹੈ ਜੀ